ਜਲੰਧਰ ਦੇ ਬਾਬਾ ਮੋਹਨਦਾਸ ਨਗਰ ਦੇ ਵਿੱਚ ਕਿਹੜਾ ਰਾਤ ਨੂੰ ਬਲਾਸਟ ਹੋਇਆ ਸੀ, ਜਿਸ ਦਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਕਿਹੜੇ ਘਰਾਂ ਦਾ ਨੁਕਸਾਨ ਹੋਇਆ ਹੈਗਾ, ਅਸੀਂ ਤੁਹਾਨੂੰ ਦੱਸਦੇ ਹਾਂ। ਪਲਾਟ ਦੇ ਬਿਲਕੁਲ ਨਾਲ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੱਦਾਂ ਕਦੋਂ ਬਲਾਸਟ ਦੀ ਆਵਾਜ਼ ਆਈ ਅਤੇ ਕਿੱਦਾਂ ਸ਼ੀਸ਼ੇ ਟੁੱਟ ਕੇ ਨੀਚੇ ਡਿੱਗ ਚੁੱਕੇ ਹੈਗੇ ਆ, ਜਿਸ ਦਾ ਉਹਨਾਂ ਦਾ ਦੁਬਾਰਾ ਤੇ ਤਰੇਲਾਂ ਵੀ ਆ ਚੁੱਕੀਆਂ, ਦਰਵਾਜ਼ੇ ਟੁੱਟ ਚੁੱਕੇ ਨੇ, ਜਿਸਦਾ ਆਪਾਂ ਤੁਹਾਨੂੰ ਉਹਨਾਂ ਦੇ ਘਰ ਦੇ ਅੰਦਰ ਲੈ ਕੇ ਜਾ ਰਹੇ ਹਾਂ। ਕਿੰਨਾ ਜ਼ੋਰ ਦਾ ਧਮਾਕੇ ਤੋਂ ਬਾਅਦ ਕਿਹੜਾ ਕਿੰਨੇ ਅੰਦਰ ਤੱਕ ਕਿਹੜੀ ਆਵਾਜ਼ ਗਈ ਸੀ ਉਹ ਤੁਸੀਂ ਦੇਖ ਸਕਦੇ ਹੋ। ਕਿੱਦਾਂ ਉਹਨਾਂ ਦੇ ਅੰਦਰ ਵੀ ਕਿਹੜਾ ਕੱਚ ਖਿਲ ਰਿਹਾ ਹੋਇਆ ਵਾ, ਤੁਸੀਂ ਨੁਕਸਾਨ ਕਿਹੜਾ ਹੋ ਚੁੱਕਾ ਹੋਇਆ ਉਹਨਾਂ ਦੇ, ਤੁਹਾਨੂੰ ਅਸੀਂ ਦੱਸ ਦਈਏ ਕਿਹੜਾ ਕਮਰਿਆਂ ਦੇ ਦਰਵਾਜ਼ੇ ਤੱਕ ਦੀ ਉਹ ਟੁੱਟ ਚੁੱਕੇ ਹੋਏ ਨੇ। ਸਾਡੇ ਘਰ ਦੇ ਮਾਲਕ ਗੱਲਬਾਤ ਕਰਦੇ ਹਾਂ, ਕੀ ਗੱਲ ਹੋਈ ਸੀ, ਕਿੱਦਾਂ ਹੋਇਆ ਸੀ? ਹਾਂਜੀ ਆਂਟੀ, ਕੀ ਨਾਮ ਹੈ ਜੀ? 9:30 ਦੇ ਵਿੱਚ ਹੋਇਆ ਨੁਕਸਾਨ ਸਾਡਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਅਸੀਂ ਅੱਖਾਂ ਤੋਂ ਵੀ ਕੰਨ ਜਿੱਦਾਂ ਅੰਨੇ ਹੋ ਗਏ, ਕੰਨਾਂ ਤੋਂ ਵੀ ਬੋਲੇ, ਸਾਨੂੰ ਤਾਂ ਬੰਬ ਲੋਕ ਆਣ ਕੇ ਦੱਸਣ ਦੇ ਨੇ ਹੁਣ ਕਿ ਇੱਦਾਂ ਬੰਬ ਫਟਿਆ, ਜਿੱਦਾਂ ਸਾਨੂੰ ਕੋਈ ਪਤਾ ਹੀ ਨਹੀਂ ਲੱਗਾ ਕੀ ਹੋਇਆ। ਅਸੀਂ ਤਾਂ ਬੱਚੇ ਵੀ ਬਾਹਰ ਸੀ, ਸਾਡਾ ਜਵਾਈ ਆਇਆ ਸੀ, ਅਸੀਂ ਉਹਨੂੰ ਤੋਰਨ ਦੇ ਸੀ, ਘਰ ਆਈ ਮੇਰੀ ਬੇਟੀ, ਉਹਨੇ ਵੇਖਿਆ ਆ, ਮੰਮਾ ਘਰ ਆਣ ਕੇ ਵੇਖੋ ਕੀ ਨੁਕਸਾਨ ਹੋਇਆ ਆ। ਘਰ ਆਣ ਕੇ ਵੇਖਿਆ ਸਾਡਾ ਉੱਪਰ, ਸਾਡਾ ਤਾਂ ਰਿਹਾ ਹੀ ਕੱਖ ਨਹੀਂ ਘਰ ਦਾ, ਸਾਹਮਣੇ ਉਹ ਵੀ ਸਾਡੀ ਜੁਆਇੰਟ ਫੈਮਿਲੀ, ਉੱਧਰ ਵੀ ਇੱਧਰ ਵੀ, ਮਤਲਬ ਤੁਹਾਨੂੰ ਦੱਸ ਨਹੀਂ ਸਕਦੇ ਸਾਡਾ ਲੱਖਾਂ 'ਚ ਨੁਕਸਾਨ ਹੋਇਆ। ਤੁਸੀਂ ਬਾਹਰ ਸੀਗੇ, ਜੇ ਅਸੀਂ ਅੰਦਰ ਹੁੰਦੇ ਸਾਡੇ ਤਾਂ ਰਹਿਣਾ ਹੀ ਕੱਖ ਨਹੀਂ ਸੀ ਭਾਜੀ। ਕਦੋਂ ਬੋਰੀਆਂ ਰੱਖ ਕੇ ਗਏ ਸੀ ਤੁਹਾਨੂੰ ਪਤਾ ਲੱਗਿਆ? ਸਾਨੂੰ ਕੋਈ ਪਤਾ ਨਹੀਂ ਹੈ, ਜਿਨ੍ਹਾਂ ਦਾ ਪਲਾਟ ਆ ਉਹੀ ਰੱਖ ਗਏ ਬੋਰੀਆਂ, ਸਾਨੂੰ ਇਹਦਾ ਕੋਈ ਨਹੀਂ ਜਾਣਕਾਰੀ ਹੈ। ਪਲਾਟ ਦੇ ਮਾਲਕ ਕੌਣ ਹੈ, ਕੀ ਨਾਮ ਹੈ? ਉਹ ਵੀ ਨਹੀਂ ਪਤਾ ਭਾਜੀ। ਹਾਂਜੀ, ਮੇਰੇ ਹਸਬੈਂਡ ਨੇ ਫਿਰ ਫੋਨ ਕੀਤਾ ਪੁਲਿਸ ਨੂੰ, ਉਹਨਾਂ ਫਿਰ ਆਈ, ਕਾਫੀ ਦੇਰ ਬਾਅਦ ਆਈ ਪੁਲਿਸ ਫਿਰ। ਹਾਂਜੀ, ਧਮਾਕਾ ਛੋਟਾ ਸੀ ਜਾਂ ਵੱਡਾ? ਬਹੁਤ ਵੱਡਾ ਸੀ, ਇਹ ਕੋਈ ਨਾ ਛੁਰਲੀ ਆ ਨਾ ਕੋਈ ਨਿੱਕਾ ਮੋਟਾ ਪਟਾਕਾ, ਇਹ ਬਹੁਤ ਜਿੱਦਾਂ ਬੰਬ ਬਲਾਸਟ ਹੀ ਹੁੰਦਾ ਹੈਗਾ। ਉਹ ਭਾਜੀ ਨੁਕਸਾਨ ਹੋਇਆ ਸਾਡਾ, ਨੁਕਸਾਨ ਹੋਇਆ ਜੀ। ਤੁਸੀਂ ਭਾਜੀ ਵੇਖ ਹੀ ਰਹੇ ਹੋ, ਸਾਡਾ ਉੱਪਰ ਵੀ ਨੁਕਸਾਨ, ਬੂਹੇ, ਬਾਰੀਆਂ, ਸ਼ੀਸ਼ੇ, ਬਾਥਰੂਮ ਦੇ ਬੂਹੇ, ਸਾਰਾ ਕੁਝ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਜ਼ਿਆਦਾ। ਜਿਨ੍ਹਾਂ ਦੇ ਘਰ ਅਸੀਂ ਖੜੇ ਹਾਂ ਉਹਨਾਂ ਦੀਆਂ ਗੱਡੀਆਂ ਤੱਕ ਸ਼ੀਸ਼ੇ ਟੁੱਟ ਚੁੱਕੇ ਹੋਏ ਨੇ, ਅਸੀਂ ਉਹਨਾਂ ਦੇ ਘਰ ਦੇ ਅੰਦਰ ਡਰਾਇੰਗ ਰੂਮ ਦੇ ਵਿੱਚ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹਨਾਂ ਦੇ ਘਰ ਦਾ ਕੱਚ ਤੱਕ ਖਿਲ ਰਿਹਾ ਹੋਇਆ, ਔਰ ਉਹਨਾਂ ਦੇ ਅੰਦਰ ਦੇ ਕਮਰਿਆਂ ਦੇ ਦਰਵਾਜ਼ੇ ਤੱਕ ਟੁੱਟੇ ਹੋਏ ਨੇ। ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਉਹਨਾਂ ਦੇ ਕਮਰੇ ਦੇ ਵਿੱਚ ਕਿਹੜੇ ਕਮਰੇ ਦੇ, ਤੁਸੀਂ ਦੇਖ ਰਹੇ ਹੋ ਬਾਥਰੂਮ ਦਾ ਦਰਵਾਜ਼ੇ ਦੀ ਕਿਹੜੀ ਸ਼ੀਟ ਹੈ ਉਹ ਵੀ ਟੁੱਟ ਕੇ, ਤੁਸੀਂ ਦਰਵਾਜ਼ੇ ਦੀ ਕਿਹੜੀ ਉਹ ਸ਼ੀਟ ਟੁੱਟ ਚੁੱਕੀ ਹੋਈ ਹੈ ਤੁਸੀਂ ਦੇਖ ਰਹੇ ਹੋ, ਅਤੇ ਦਰਵਾਜ਼ਾ ਕਈਆਂ ਦੇ ਚੁੱਕੀਆਂ ਹੋਈਆਂ, ਜਿਸਦਾ ਪ੍ਰਸ਼ਾਸਨ ਵੱਲੋਂ ਕੱਲ੍ਹ ਮੀਡੀਆ ਨੇ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਗਈ। ਡੀਸੀ ਸਾਹਿਬ ਨੇ ਕਿਹਾ ਕਿ ਜੋ ਬਲਾਸਟ ਹੋਇਆ ਸੀ ਉਹਨਾਂ ਦੀਆਂ ਕਿੱਥੇ ਬਲਾਸਟ ਹੋਇਆ ਸੀ, ਉਹ ਖਾਲੀ ਘਰ ਦੇ ਕੰਧ ਡਿੱਗੀ ਗਈ ਆ, ਹੋਰ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਦੱਸਣਾ ਚਾਹੁੰਦੇ ਹਾਂ ਮੀਡੀਆ ਦੇ ਥਰੂ, ਆਪਣੇ ਜਗਬਾਣੀ ਦੀ ਟੀਮ ਵੱਲੋਂ ਵੀ ਦੇਖ ਸਕਦੇ ਹੋ, ਇੱਥੇ ਬਾਬਾ ਮੋਹਨਦਾਸ ਨਗਰ ਦੇ ਵਿੱਚ 8 ਤੋਂ 10 ਘਰਾਂ ਦਾ ਕਿਹੜਾ ਇਹ ਨੁਕਸਾਨ ਹੋ ਚੁੱਕਾ ਹੋਇਆ, ਔਰ ਗੱਡੀਆਂ ਕਿਹੜੀਆਂ ਗਲੀਆਂ ਦੇ ਵਿੱਚ ਖੜੀਆਂ ਸੀ ਕਦੋਂ ਬਲਾਸਟ ਹੋਇਆ, ਉਹ ਗੱਡੀਆਂ ਦੀ ਕਿਹੜੀਆਂ ਉਹ ਟੁੱਟੀਆਂ ਹੈਗੀਆਂ, ਸ਼ੀਸ਼ੇ ਤੱਕ ਟੁੱਟ ਚੁੱਕੇ ਨੇ। ਹੁਣ ਦੇਖਣਾ ਹੋਏਗਾ ਪੰਜਾਬ ਸਰਕਾਰ ਵੱਲੋਂ ਕੀ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ। ਕੈਮਰਾਮੈਨ ਸੰਜੇ ਸ਼ਰਮਾ ਨਾਲ ਸੋਨੂੰ ਮਹਾਜਨ, ਜਗਬਾਣੀ ਟੀਵੀ, ਜਲੰਧਰ।